Terus aku mikir skrip macam apa? Masalah ini, masalah pura, lato pura dia fans. Terus amara lato fans lagi ya? Mana lato? ਤਕਰੀਬਨ ਬਹੁਤ ਮਿਹਨਤ ਲੱਗੀ ਹੈਗੀ ਹੈ ਇਸ ਪਰਿਵਾਰ ਦੀ, ਸਾਰੇ ਅਰਦਾਸਾਂ ਸੀ ਸੁਸਾਇਟੀ ਦੀਆਂ, ਔਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਫ ਕਦੋਂ ਮਿਲੂਗਾ। ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ। 201 ਜਿਹੜਾ ਹੈਗਾ ਵੈ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ, ਔਰ 302 ਥੱਲੇ ਜਿਹੜਾ ਮਰਡਰ ਕੀਤਾ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਔਡਰ ਕੀਤਾ। ਇੱਕ ਬੜਾ ਰੇਅਰੈਸਟ ਆਫ ਦਾ ਰੇਅਰ ਕੇਸ ਹੈ ਅੱਜ, ਕਿਉਂਕਿ ਸੁਸਾਇਟੀ ਦੀਆਂ ਭਾਵਨਾਵਾਂ ਸੀਗੀਆਂ, ਹਰ ਇੱਕ ਮਾਂ ਦੀ ਭਾਵਨਾ ਸੀ, ਹਰ ਪਰਿਵਾਰ ਦਾ ਭਾਵਨਾ ਸੀਗੀ, ਉਹਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ, ਜਦ ਤੱਕ ਡੈਥ ਨਹੀਂ ਹੁੰਦੀ। ਇਹ ਔਡਰ ਜਿਹੜਾ ਹੈਗਾ ਬੜਾ ਫਾਰ ਫਲਾਈਟ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ। ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ, ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ। ਅੱਜ ਪਰਿਵਾਰ ਹੈ ਮੇਰੇ ਬੱਚੇ ਵਾਂਗੂ ਨੇ, ਸਾਡੇ ਸਾਰੀ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਹੋਇਆ। ਆ ਜਾਓ ਬਾਹਰ, ਆ ਜਾਓ ਬਾਹਰ, ਆ ਜਾਓ ਬਾਹਰ, ਯਾਰ ਪਿੱਛੇ ਹੋ ਜਾਓ ਯਾਰ।